ਪੂਰੇ ਵਿਸ਼ਵ ਦੇ ਸਨਾਤਨੀ ਬੱਚਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਔਰ ਨਵਾਂ ਸਾਲ ਭਗਵਾਨ ਉਹਨਾਂ ਨੂੰ ਤਰੱਕੀਆਂ ਦੇਵੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ। ਵੈਸੇ ਤਾਂ ਸਾਡੇ ਸਨਾਤਨ ਦੀ ਪ੍ਰਥਾ ਦੇ ਮੁਤਾਬਿਕ ਜਿਹੜਾ ਸਾਡਾ ਨਵਾਂ ਸਾਲ ਹੈ ਉਹ ਮਾਰਚ 'ਚ ਹੋਏਗਾ, ਜਿਸ ਦਿਨ ਪਹਿਲਾ ਨਵਰਾਤਰਾ, ਕਿਉਂਕਿ ਸਨਾਤਨ ਪੱਧਤੀ ਦੇਸੀ ਡੇਟਾਂ ਦੇ ਮੁਤਾਬਿਕ ਅਸੀਂ ਮਾਰਚ ਦੇ ਅੰਦਰ ਆਪਣਾ ਨਵਾਂ ਸਾਲ ਹੁੰਦਾ। ਇਹ ਤਾਂ ਜਿਹੜਾ ਨਵਾਂ ਸਾਲ ਹੈ, ਲੇਕਿਨ ਇਹਦੇ ਲਈ ਵੀ ਬੱਚਿਆਂ ਨੂੰ ਬਹੁਤ ਬਹੁਤ ਆਸ਼ੀਰਵਾਦ, ਕਿਉਂਕਿ ਸਾਰੇ ਜਿਹੜੇ ਬੱਚੇ ਹੈ ਨਵਾਂ ਸਾਲ ਮਨਾਉਣ ਲੱਗ ਗਏ। ਲੇਕਿਨ ਜਿਹੜਾ ਸਾਡਾ ਨਵਾਂ ਸਾਲ ਹੈ, ਮਾਰਚ ਦੀ ਪਹਿਲੀ ਤਰੀਕ ਨੂੰ ਨਵਰਾਤਰੇ ਹੁੰਦੇ ਹੈ। ਯੁਧਿਸ਼ਠਰ ਔਰ ਰਾਮ ਜੀ ਦਾ ਅਭਿਸ਼ੇਕ ਹੋਇਆ ਸੀ, ਚੁੱਲ੍ਹੇ ਲਾਲ ਜੈਅੰਤੀ ਹੁੰਦੀ ਹੈ ਇਸ ਦਿਨ, ਉਹ ਸਨਾਤਨ ਦੇ ਲਈ ਬਹੁਤ ਵੱਡਾ ਪਰਬ ਔਰ ਨਵਾਂ ਸਾਲ ਦੇਸੀ ਮਾਂ ਮੁਤਾਬਿਕ ਚਾਲੂ ਹੁੰਦਾ। ਇਹ ਜਿਹੜਾ ਨਵਾਂ ਸਾਲ ਹੈ ਅੰਗਰੇਜ਼ੀ ਮਾਂ ਦਾ, ਮੈਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਆਸ਼ੀਰਵਾਦ ਦਿੰਦਾ ਕਿ ਭਗਵਾਨ ਉਹਨਾਂ ਦੇ ਕਸ਼ਟਾਂ ਨੂੰ ਦੂਰ ਕਰੇ ਔਰ ਸੰਸਾਰ ਦੇ ਅੰਦਰ ਸੱਤ ਭਾਵਨਾ, ਭਾਈਚਾਰਾ, ਪਿਆਰ ਬਣਿਆ ਰਹੇ, ਦੇਸ਼ ਦੇ ਅੰਦਰ ਸਾਰੇ ਬੱਚੇ ਤਰੱਕੀ ਕਰਨ। A1 ਚੈਨਲ ਨੂੰ ਮੈਂ ਬਹੁਤ ਬਹੁਤ ਆਸ਼ੀਰਵਾਦ ਦਿੰਦਾ, ਕਿਉਂਕਿ ਧਰਮ ਦੇ ਲਈ A1 ਚੈਨਲ ਬਹੁਤ ਅੱਛਾ ਕਾਰਿਆ ਕਰ ਰਿਹਾ, ਜਿਹੜੀ ਜਾਣਕਾਰੀਆਂ ਲੋਕਾਂ ਨੂੰ ਨਹੀਂ ਹੈ ਉਹਨਾਂ ਤੱਕ ਪਹੁੰਚਾ ਰਿਹਾ। ਇਸ ਲਈ ਭਗਵਾਨ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਦੇਵੇ।